ਮੁਕਤਸਰ ਸਾਹਿਬ ਪੁਲਿਸ ਨੇ ਕਣਕ ਦੇ ਗੱਟੇ ਚੋਰੀ ਕਰਨ ਵਾਲੇ ਲੁਟੇਰਾ ਗੈਂਗ ਦੇ 5 ਮੈਂਬਰਾਂ ਨੂੰ 47 ਕੁਇੰਟਲ 50 ਕਿਲੋ ਕਣਕ ਸਣੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਪ੍ਰੈਸ ਕਾਨਫਰੰਸ ਕਰ ਇਸ ਗੱਲ ਦਾ ਖੁਲਾਸਾ ਕੀਤਾ। ਦੱਸਦੇ ਕਿ ਇਹਨਾਂ ਵਿੱਚੋਂ ਇੱਕ ਵਿਅਕਤੀ ਉੱਤੇ 16 ਤੋਂ ਵੱਧ ਮਾਮਲੇ ਦਰਜ ਨੇ। ਫਿਲਹਾਲ ਪੁਲਿਸ ਨੂੰ ਇਸ ਮਾਮਲੇ ਸੰਬੰਧੀ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ। ਇਹ 14-13-14 ਦੀ ਦਰਮਿਆਨੀ ਰਾਤ ਨੂੰ ਪੰਜਾਬ ਐਗਰੋ ਜਿਹੜਾ ਹੈਗਾ ਆ ਫੂਡ ਗੋਡਾਊਨ ਉੱਥੇ ਜਿਹੜਾ ਹੈਗਾ ਰਾਤ ਨੂੰ ਇਹ ਲੁੱਟ ਦੀ ਵਾਰਦਾਤ ਹੋਈ ਸੀ। 8 ਬੰਦੇ ਕੈਂਟਰ 'ਤੇ ਆਏ ਔਰ ਇਹਨਾਂ ਨੇ ਆ ਕੇ ਜਿਹੜਾ ਹੈਗਾ ਬੰਦੀ ਬਣਾ ਕੇ ਚੌਂਕੀਦਾਰਾਂ ਨੂੰ ਉਸ ਗੋਡਾਊਨ ਦਿਆਂ ਨੂੰ ਉੱਥੇ ਕਣਕ ਲੈ ਗਏ ਲੁੱਟ ਕੇ ਔਰ ਉਹਨਾਂ ਮੋਬਾਈਲ ਲੈ ਗਏ। ਸੋ 27 ਤਰੀਕ ਨੂੰ ਸਾਡੀ ਇਨਵੈਸਟੀਗੇਸ਼ਨ ਵਿੰਗ ਵੱਲੋਂ ਸਾਡੇ CAA ਇੰਚਾਰਜ ਵੱਲੋਂ ਸਾਡੇ DSP ਇਨਵੈਸਟੀਗੇਸ਼ਨ ਔਰ SP ਇਨਵੈਸਟੀਗੇਸ਼ਨ ਵੱਲੋਂ ਇਹਨਾਂ ਦੇ ਜਿਹੜੇ ਹੈਗੀ ਡੂੰਘਾਈ 'ਚ ਤਫਤੀਸ਼ ਕਰਕੇ ਜਿਹੜਾ ਹੈਗਾ ਮੌਕੇ ਤੋਂ ਕਾਫੀ ਸਾਰੇ ਕਲੂਜ਼ ਮਿਲ ਗਏ ਸੀ ਸਾਨੂੰ ਔਰ ਉਹਨੂੰ ਅੱਛੀ ਤਰ੍ਹਾਂ ਜਿਹੜੀ ਹੈਗੀ ਉਹਦੀ ਪੜਤਾਲ ਕਰਕੇ ਇਹਦੇ ਵਿੱਚ ਸਫਲਤਾ ਮਿਲੀ ਸਾਨੂੰ। ਅਸੀਂ 5 ਬੰਦੇ ਅਰੈਸਟ ਕੀਤੇ ਆ ਔਰ ਟੋਟਲ 8 ਬੰਦੇ ਹੈਗੇ ਆ। ਤਾਂ ਇਹਨਾਂ ਬੰਦਿਆਂ ਦੇ ਹੈਬਚੁਅਲ ਅਫੈਂਡਰਸ ਹੈਗੇ ਆ ਇਹ। ਇੱਕ ਮੁਖਤਿਆਰ ਸਿੰਘ ਫੜਿਆ ਗਿਆ ਜਿਹੜਾ ਵਿੱਚ ਉਹਦੇ 16 ਮੁਕੱਦਮੇ ਦਰਜ ਆ ਇਸੇ ਹੀ ਕ੍ਰਾਈਮ ਕਰਨ ਦਾ, ਇਸੇ ਮੋਡਸ ਅਪਰੈਂਡੀ ਨਾਲ ਇਹ ਰਾਤ ਨੂੰ ਬੰਦੀ ਬਣਾ ਕੇ ਚੌਂਕੀਦਾਰਾਂ ਨੂੰ ਇੱਦਾਂ ਹੀ ਗੋਡਾਊਨਸ ਦੇ ਉੱਤੇ ਸਟ੍ਰਾਈਕ ਕਰਦੇ ਆ, ਉੱਥੇ ਜਾ ਕੇ ਲੁੱਟ ਕਣਕ ਦੀ ਲੁੱਟਣ ਦੀ ਵਾਰਦਾਤ ਕਰਦੇ ਆ। ਸੋ ਇਹਦੇ ਵਿੱਚ ਸਾਰੇ ਬੰਦੇ ਜਿਹੜੇ ਹੈਗੇ ਆ ਜਿਹੜੇ ਫੜੇ ਗਏ ਮੋਗੇ ਨਾਲ ਸੰਬੰਧਿਤ ਆ। ਤੋ ਸਾਡੀ ਇਨਵੈਸਟੀਗੇਸ਼ਨ ਚੱਲਦੀ ਪਈ, ਅਸੀਂ ਕਣਕ ਔਰ ਜਿਹੜੀ ਹੈਗੀ ਆ ਕੈਂਟਰ ਉਹ ਰਿਕਵਰ ਕਰ ਲਿਆ, ਮੋਬਾਈਲ ਵੀ ਰਿਕਵਰ ਕਰ ਲਿਆ ਇਹਨਾਂ ਦੇ ਕੋਲੋਂ ਜਿਹੜਾ ਚੋਰੀ ਹੋਇਆ ਸੀਗਾ ਉੱਥੋਂ ਉਹ ਸੇਮ ਮਾਰਕੀਟ ਦਾ, ਔਰ ਫਰਦਰ ਅਸੀਂ ਇਨਵੈਸਟੀਗੇਸ਼ਨ ਕਰਦੇ ਪਏ। ਇਹਨਾਂ ਦਾ ਏਰੀਆ ਜਿਹੜਾ ਹੈਗਾ ਜਿੰਨੇ ਪੁਰਾਣੇ ਇਹਨਾਂ ਦੇ ਮੁਕੱਦਮੇ ਦਰਜ ਆ ਅਗਰ ਉੱਥੋਂ ਦੇਖੀਏ ਤਾਂ ਇਹਨਾਂ ਨੇ ਮੋਗੇ ਦੇ ਵਿੱਚ, ਬਰਨਾਲੇ ਦੇ ਵਿੱਚ, ਬਠਿੰਡੇ ਦੇ ਵਿੱਚ, ਫਰੀਦਕੋਟ ਦੇ ਵਿੱਚ, ਰਾਜਸਥਾਨ ਹਨੂੰਮਾਨਗੜ੍ਹ ਦੇ ਵਿੱਚ ਵੱਖਰੇ ਵੱਖਰੀ ਥਾਵਾਂ 'ਤੇ ਵਾਰਦਾਤਾਂ ਕੀਤੀਆਂ ਔਰ ਇਹ ਤਕਰੀਬਨ ਤੁਸੀਂ ਮੰਨ ਕੇ ਚੱਲੋ ਕਿ ਪਿਛਲੇ 15-20 ਸਾਲਾਂ ਤੋਂ ਇਹ ਵਾਰਦਾਤ ਜਿਹੜਾ ਮੁਖਤਿਆਰ ਸਿੰਘ ਹੈ ਅਤੇ 2002 ਦੇ ਜੋ ਸਾਡੇ ਕੋਲ ਹਾਲ ਤੱਕ ਆਇਆ ਜੋ ਮੁਕੱਦਮੇ ਦਰਜ ਹੈ, ਵੱਖ ਵੱਖ 16 ਮੁਕੱਦਮੇ ਦਰਜ ਹੈ ਇੱਥੇ। ਸੋ ਇਹ ਆਪਸ 'ਚ ਰਿਸ਼ਤੇਦਾਰ ਵੀ ਹੈ, ਜਿਹੜੇ ਬੰਦੇ ਸੀ 5 ਫੜੇ ਇਹਨਾਂ 'ਚੋਂ 3 ਬੰਦੇ ਆਪਸ 'ਚ ਰਿਸ਼ਤੇਦਾਰ ਹੈ। ਸਰ ਕੋਈ ਫੀਮੇਲ ਵੀ ਇਸ ਗੈਂਗ ਦੇ ਵਿੱਚ ਕਿ ਮੇਲ ਜੀ? ਹਾਲੇ ਤੱਕ ਫੀਮੇਲ ਦਾ ਕੋਈ ਹੋਰ ਨਹੀਂ ਆਇਆ। ਮਤਲਬ ਦੇ ਆਰ ਇੰਟੂ ਦਿਸ, ਮਤਲਬ ਇਸੇ ਹੀ ਉਹਦੇ 'ਚ ਜਿਹੜੇ ਬੰਦੇ ਉਹਨੇ ਇਸ ਚੀਜ਼ 'ਤੇ ਲੱਗ ਜਾਣ ਤਾਂ ਉਹਨਾਂ ਨੂੰ ਇਹੋ ਜਿਹੇ ਪੈਸੇ ਕਮਾਉਣ ਦੀ ਉਹ ਹੋ ਜੇ ਲੱਤ ਪੈ ਜੇ ਤਾਂ ਫਿਰ ਬੰਦੇ ਨੂੰ ਫਿਰ ਉਹਨੂੰ ਇਹ ਨਹੀਂ ਦੇਖਦੇ ਕਿ ਇਹਦੇ ਨਾਲ ਯੂਥ ਜਾਂ ਸਾਡੇ ਹੋਰ ਜਿਹੜਾ ਹੈਗਾ ਇਸ ਪੈਸੇ ਦੇ ਨਾਲ ਅੱਗੇ ਅਸੀਂ ਜ਼ਹਿਰ ਵੇਚ ਰਹੇ ਨੇ। ਬਿਲਕੁਲ ਨਹੀਂ ਸਾਡੇ ਕੋਲ ਨਾ ਇੱਦਾਂ ਦੇ, ਕਿਉਂਕਿ ਇਸ ਇੱਦਾਂ ਦੇ ਮੈਟਰਸ ਦੇ ਵਿੱਚ ਕੁਛ ਇੱਦਾਂ ਦੀ ਇਨਫੋਰਮੇਸ਼ਨ ਤਾਂ ਹੈ ਨਹੀਂ ਗੀ ਹਾਲੇ ਤਾਂ। ਹਾਂਜੀ, ਕੋਈ ਇਨਫੋਰਮੇਸ਼ਨ ਇੱਦਾਂ ਦੀ ਨਹੀਂ ਕਿ ਉਹ ਕੋਈ ਕਿਸੇ ਨਾਲ ਇੱਦਾਂ ਜੁੜੇ ਹੋਏ। ਜਿਹੜੀ ਬਾਰਡਰ ਤੇ ਟੈਨਸ਼ਨ ਹੈ ਜੀ ਉਹਦਾ ਮੁਕਤਸਰ ਡਿਸਟ੍ਰਿਕਟ 'ਚ ਆਪਣੀ ਕੀ ਪ੍ਰਿਪੇਅਰਨੈਸ ਹੈ? ਸੋ ਅੱਜ ਹੀ ਸਵੇਰੇ DC ਸਾਹਿਬ ਦੀ ਮੀਟਿੰਗ ਹੋਈ ਹੈ ਜੀ ਰਿਗਾਰਡਿੰਗ ਦ ਜਿਹੜੀ ਆਪਣੇ ਆਫਿਸਰਸ ਇਨਵੋਲਵਡ ਜਿੰਨੇ ਵੀ ਮਹਿਕਮਿਆਂ ਦੇ ਕੰਸਰਨਡ ਆਫਿਸਰਸ ਹੈਗੇ ਆ ਸਾਰਿਆਂ ਦੇ, ਮੈਂ ਵੀ ਉਸ ਮੀਟਿੰਗ ਅਟੈਂਡ ਕਰਕੇ ਆਇਆ, ਸਿਵਲ ਡਿਫੈਂਸ ਵਾਲੇ ਸਾਰਿਆਂ ਦੇ ਨਾਲ ਜਿੰਨੇ ਵੀ ਆਪਣੇ ਬਾਕੀ ਸਿਵਲ ਸਰਜਨ ਹੋਰ ਸਾਰੇ ਡਿਪਾਰਟਮੈਂਟਸ ਹੈਗੇ ਆ ਫਾਇਰ ਤਾਂ ਜਿੰਨੇ ਵੀ ਉਹ ਸਾਰਿਆਂ ਦਾ ਇਹ ਇੱਕ ਸਾਂਝੀ ਮੀਟਿੰਗ ਹੋਈ ਫੋਰ ਬੈਟਰ ਕੋਆਰਡੀਨੇਸ਼ਨ ਇਨ ਕੇਸ ਅਗਰ, ਪਰ ਇੱਦਾਂ ਦਾ ਹਾਲੇ ਤੱਕ ਕੋਈ ਵੀ ਸਿਚੁਏਸ਼ਨ ਇੱਦਾਂ ਦੀ ਹੈ ਨਹੀਂ ਗੀ, ਕੋਈ ਇੱਦਾਂ ਦਾ ਪੈਨਿਕ ਜਾਂ ਕੁਛ ਹੋਣ ਦੀ ਪਬਲਿਕ ਨੂੰ ਬਿਲਕੁਲ ਨਹੀਂ ਲੋੜ, ਕਿਉਂਕਿ ਹਾਲੇ ਸਿਚੁਏਸ਼ਨ ਇਜ਼ ਵੈਰੀ ਮੱਚ ਨੋਰਮਲ ਔਰ ਪਰ ਫਿਰ ਵੀ ਫੋਰ ਬੈਟਰ ਕੋਆਰਡੀਨੇਸ਼ਨ ਮੀਟਿੰਗਸ ਹੋ ਰਹੀਆਂ ਔਰ ਪਰ ਹਾਲੇ ਤੱਕ ਇੱਦਾਂ ਦਾ ਕੁਛ ਹੈ ਨਹੀਂ ਹੈਗਾ। ਉੱਦਾਂ ਲੋਅ ਐਂਡ ਆਰਡਰ ਪੱਖੋਂ ਤਾਂ ਸਾਰਾ ਵੀ ਆਰ ਟੇਕਿੰਗ ਸਟਾਕ ਆਫ ਐਵਰੀਥਿੰਗ ਔਰ ਅਸੀਂ ਕੋਸ਼ਿਸ਼ ਰੱਖਾਂਗੇ ਕਿ ਇਨ ਕੇਸ ਜਦੋਂ ਕੋਈ ਹੁੰਦਾ ਤਾਂ ਅਸੀਂ ਵੀ ਕੈਨ ਆਲਵੇਜ਼ ਬੀ ਵੀ ਸ਼ੁੱਡ ਬੀ ਪ੍ਰਪੇਅਰਡ। ਇੱਕ ਤੁਹਾਡੇ ਮਲੋਟ ਦੀ ਇੱਕ ਵੀਡੀਓ ਆਈ ਸੀ ਕੁਛ ਦਿਨ ਪਹਿਲਾਂ ਜਿਹਦੇ 'ਚੋਂ ਕਿਸੇ ਟਰੱਕ ਓਪਰੇਟਰ ਨਾਲ ਕੋਈ ਕਰ ਰਹੇ ਸੀ ਮਿਸਬਿਹੇਵ ਤੁਹਾਡੇ 2 ਇੰਪਲੋਈ। ਅੱਛਾ ਜੀ, ਉਹਨਾਂ 'ਤੇ ਕੋਈ ਐਕਸ਼ਨ ਲਿਆ? ਮੇਰੇ ਕੋਲ ਕੋਈ ਇੱਦਾਂ ਦੀ ਸ਼ਿਕਾਇਤ ਨਹੀਂ ਆਈ ਪਰ ਇੱਕ ਅਖਬਾਰ 'ਚ ਖਬਰ ਲੱਗੀ ਸੀਗੀ, ਉਹ ਅਸੀਂ ਵੈਰੀਫਾਈ ਕਰਾ ਰਹੇ ਹਾਂ ਥਰੂ ਆਰ ਆਫਿਸਰ। ਅਗਰ ਕੋਈ ਚੀਜ਼ਾਂ ਮੋਹਰੇ ਆਉਂਦੀਆਂ ਸਾਡੇ ਰਿਕਾਰਡ ਦੇ ਉੱਤੇ ਤਾਂ ਉਹ ਚੀਜ਼ਾਂ ਐਜ਼ ਪਰ ਦੀ ਜੋ ਐਲੀਗੇਸ਼ਨ ਜਾਂ ਕੁਛ ਹੋਏਗਾ ਦ ਪ੍ਰੋਪਰ ਐਕਸ਼ਨ ਵਿਲ ਬੀ ਟੇਕਨ ਅਗੇਂਸਟ ਦ ਡਿਫਾਲਟਰ। ਇੱਕ ਤੁਹਾਡੇ ਮਲੂਟ SHO ਰਹੇ ਆ ਪਹਿਲਾਂ, ਉਹਨਾਂ 'ਤੇ ਵੀ ਐਲੀਗੇਸ਼ਨ ਲੱਗ ਰਹੇ ਆ? ਉਹਦੀ ਮੈਂ ਗੱਲ ਕਰ ਰਿਹਾ। ਨਹੀਂ ਨਹੀਂ ਉਹ ਨਹੀਂ, ਇੱਕ ਤਾਂ ਟਰੱਕ ਡਰਾਈਵਰ ਦੇ ਕੰਡਕਟਰ ਨਾਲ ਮੈਂ ਉਹਦੀ ਗੱਲ ਕਰ ਰਿਹਾ ਸੀ ਪਹਿਲਾਂ। ਟਰੱਕ ਡਰਾਈਵਰ ਅਤੇ ਕੰਡਕਟਰ ਦੀ ਤੁਸੀਂ ਵੀ ਵੀਡੀਓ ਦੇਖੀ ਹੋਊਗੀ,
मैं बेशक डिस्ट्रिक्ट पुलिस नूं हैड करदा पिया, मैं ये नहीं किसी किसी मुलाजम को सेव करना चाहता। एक दूरों किसी पासरबाई ने एक वीडियो बना ली, उस वीडियो कुछ नहीं दिस रहा कि किसी ने कोई मार रहा कुट रहा, उन्हें एक बंदा बोली जा रहा कि देखो जी। एक्चुअली जो मैं SP साहब तो पता किया कि ट्रक विचकार सड़क पर खड़ा किया हुआ, उन्हें वो पेपर मंगे कि मैं चलान कटना या कुछ उत्थे इदा का मसला चल रहा जो देखने को आ रहा है, तो बंदा बहुत दूरों एक वीडियो बना रहा है। सो वो जिहड़ा तुसीं पुछ रहे हैंगे उहदे विच कुछ इदां दी गलबात नहीं हो रही सी कि जी हाँ भाई, पर अजकल की है कि एवरीबडी इज़ फ्री टू यूज़ मोबाइल और आपां वीडियो बना लैंदे, पर वो है कि जे किसी का कोई उच्च अनगहली पाई जाती है तो प्रॉपर एक्शन लिया जाऊगा जी।